ਤਾਪਸੀਪਨ ਨੂੰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ, ਕਿਉਂਕਿ ਅਦਾਕਾਰਾ ਨੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਮੈਥੀਐਸ ਬੋਏ ਨਾਲ ਉਦੈਪੁਰ 'ਚ ਵਿਆਹ ਕਰਵਾਇਆ। ਤੁਹਾਨੂੰ ਦੱਸ ਦਈਏ ਕਿ ਤਾਪਸੀ ਅਤੇ ਮੈਥੀਐਸ ਪਿਛਲੇ 10 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਦੋਵਾਂ ਦੀ ਪਹਿਲੀ ਮੁਲਾਕਾਤ 2013 ਵਿੱਚ ਇੰਡੀਅਨ ਬੈਡਮਿੰਟਨ ਲੀਗ ਦੀ ਉਦਘਾਟਨੀ ਸਮਾਰੋਹ ਵਿੱਚ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਤਾਪਸੀਪਨ ਨੂੰ ਅਤੇ ਮੈਥੀਐਸ ਦਾ ਵਿਆਹ 23 ਮਾਰਚ ਨੂੰ ਉਦੈਪੁਰ 'ਚ ਹੋਇਆ ਅਤੇ ਅਦਾਕਾਰਾ ਨੇ ਆਪਣੇ ਪਰਿਵਾਰ, ਨਜ਼ਦੀਕੀ ਰਿਸ਼ਤੇਦਾਰਾਂ ਅਤੇ ਨਜ਼ਦੀਕੀ ਦੋਸਤਾਂ ਵਿਚਾਲੇ ਵਿਆਹ ਕਰਵਾਇਆ। ਤਾਪਸੀ ਦੇ ਵਿਆਹ ਬਾਰੇ ਸੁਣ ਕੇ ਫੈਨਸ ਵੀ ਜਿਹੜੇ ਕਾਫੀ ਹੈਰਾਨ ਹੋਏ। ਦੱਸ ਦਈਏ ਕਿ ਹਜੇ ਤੱਕ ਅਦਾਕਾਰਾ ਅਤੇ ਉਸਦੇ ਬੁਆਏਫ੍ਰੈਂਡ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ, ਪਰ ਹੁਣ ਉਹਨਾਂ ਦੇ ਵਿਆਹ ਦੀਆਂ ਕੁਝ ਵੀਡੀਓਜ਼ ਅਤੇ ਫੋਟੋਆਂ ਸਾਹਮਣੇ ਆ ਰਹੀਆਂ ਨੇ ਜੋ ਕਿ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀਆਂ ਨੇ, ਜਿਸ ਵਿੱਚ ਤਾਪਸੀ ਦਾ ਪੰਜਾਬੀ ਬ੍ਰਾਈਡਲ ਲੁੱਕ ਦਿਖਾਈ ਦੇ ਰਿਹਾ ਹੈ। ਇਸ ਦੇ ਚਲਦੇ ਵੀਡੀਓ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮੈਥੀਐਸ ਵੀ ਪੰਜਾਬੀ ਦੁੱਲਾ ਬਣਿਆ ਹੈ। ਖਾਸ ਗੱਲ ਇਹ ਹੈ ਕਿ ਚਿੱਟੇ ਰੰਗ ਦੀ ਸ਼ੇਰਵਾਨੀ ਦੇ ਨਾਲ ਪੱਗ ਬੰਨ੍ਹੀ ਹੋਈ ਹੈ ਅਤੇ ਸਿਹਰਾ ਵੀ ਬੰਨਿਆ ਹੈ। ਇਸ ਲੁੱਕ ਵਿੱਚ ਮੈਥੀਐਸ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਨਾਲ ਹੀ ਵਾਇਰਲ ਵੀਡੀਓ 'ਚ ਮੈਥੀਐਸ ਨੂੰ ਅਖੀਰ ਵਿੱਚ ਸਾਈਕਲ ਤੋਂ ਬਾਹਰ ਨਿਕਲਦੇ ਵੀ ਦੇਖਿਆ ਜਾ ਸਕਦਾ ਹੈ, ਪਰ ਹੁਣ ਉਹਨਾਂ ਦੇ ਸੰਗੀਤ ਦੀ ਵੀਡੀਓਜ਼ ਵੀ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ, ਜਿਸ ਵੀਡੀਓ ਵਿੱਚ ਇਕੱਠੇ ਡਾਂਸ ਕਰਦੇ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਉਹਨਾਂ ਵੱਲੋਂ ਸੰਗੀਤ ਦੀ ਵੀ ਕੋਈ ਫੋਟੋਜ਼ ਅਤੇ ਵੀਡੀਓਜ਼ ਵੀ ਜਿਹੜੀਆਂ ਨੇ ਉਹ ਸਾਂਝੀਆਂ ਨਹੀਂ ਕੀਤੀਆਂ ਗਈਆਂ ਨੇ। ਤਾਪਸੀਪਨ ਨੂੰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ, ਕਿਉਂਕਿ ਅਦਾਕਾਰਾ ਨੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਮੈਥੀਐਸ ਬੋਏ ਨਾਲ ਉਦੈਪੁਰ 'ਚ ਵਿਆਹ ਕਰਵਾਇਆ। ਤੁਹਾਨੂੰ ਦੱਸ ਦਈਏ ਕਿ ਤਾਪਸੀ ਅਤੇ ਮੈਥੀਐਸ ਪਿਛਲੇ 10 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਦੋਵਾਂ ਦੀ ਪਹਿਲੀ ਮੁਲਾਕਾਤ 2013 ਵਿੱਚ ਇੰਡੀਅਨ ਬੈਡਮਿੰਟਨ ਲੀਗ ਦੀ ਉਦਘਾਟਨੀ ਸਮਾਰੋਹ ਵਿੱਚ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਤਾਪਸੀਪਨ ਨੂੰ ਅਤੇ ਮੈਥੀਐਸ ਦਾ ਵਿਆਹ 23 ਮਾਰਚ ਨੂੰ ਉਦੈਪੁਰ 'ਚ ਹੋਇਆ ਅਤੇ ਅਦਾਕਾਰਾ ਨੇ ਆਪਣੇ ਪਰਿਵਾਰ, ਨਜ਼ਦੀਕੀ ਰਿਸ਼ਤੇਦਾਰਾਂ ਅਤੇ ਨਜ਼ਦੀਕੀ ਦੋਸਤਾਂ ਵਿਚਾਲੇ ਵਿਆਹ ਕਰਵਾਇਆ। ਤਾਪਸੀ ਦੇ ਵਿਆਹ ਬਾਰੇ ਸੁਣ ਕੇ ਫੈਨਸ ਵੀ ਜਿਹੜੇ ਕਾਫੀ ਹੈਰਾਨ ਹੋਏ। ਦੱਸ ਦਈਏ ਕਿ ਹਜੇ ਤੱਕ ਅਦਾਕਾਰਾ ਅਤੇ ਉਸਦੇ ਬੁਆਏਫ੍ਰੈਂਡ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ, ਪਰ ਹੁਣ ਉਹਨਾਂ ਦੇ ਵਿਆਹ ਦੀਆਂ ਕੁਝ ਵੀਡੀਓਜ਼ ਅਤੇ ਫੋਟੋਆਂ ਸਾਹਮਣੇ ਆ ਰਹੀਆਂ ਨੇ ਜੋ ਕਿ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀਆਂ ਨੇ, ਜਿਸ ਵਿੱਚ ਤਾਪਸੀ ਦਾ ਪੰਜਾਬੀ ਬ੍ਰਾਈਡਲ ਲੁੱਕ ਦਿਖਾਈ ਦੇ ਰਿਹਾ ਹੈ। ਇਸ ਦੇ ਚਲਦੇ ਵੀਡੀਓ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮੈਥੀਐਸ ਵੀ ਪੰਜਾਬੀ ਦੁੱਲਾ ਬਣਿਆ ਹੈ। ਖਾਸ ਗੱਲ ਇਹ ਹੈ ਕਿ ਚਿੱਟੇ ਰੰਗ ਦੀ ਸ਼ੇਰਵਾਨੀ ਦੇ ਨਾਲ ਪੱਗ ਬੰਨ੍ਹੀ ਹੋਈ ਹੈ ਅਤੇ ਸਿਹਰਾ ਵੀ ਬੰਨਿਆ ਹੈ। ਇਸ ਲੁੱਕ ਵਿੱਚ ਮੈਥੀਐਸ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਨਾਲ ਹੀ ਵਾਇਰਲ ਵੀਡੀਓ 'ਚ ਮੈਥੀਐਸ ਨੂੰ ਅਖੀਰ ਵਿੱਚ ਸਾਈਕਲ ਤੋਂ ਬਾਹਰ ਨਿਕਲਦੇ ਵੀ ਦੇਖਿਆ ਜਾ ਸਕਦਾ ਹੈ, ਪਰ ਹੁਣ ਉਹਨਾਂ ਦੇ ਸੰਗੀਤ ਦੀ ਵੀਡੀਓਜ਼ ਵੀ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ, ਜਿਸ ਵੀਡੀਓ ਵਿੱਚ ਇਕੱਠੇ ਡਾਂਸ ਕਰਦੇ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਉਹਨਾਂ ਵੱਲੋਂ ਸੰਗੀਤ ਦੀ ਵੀ ਕੋਈ ਫੋਟੋਜ਼ ਅਤੇ ਵੀਡੀਓਜ਼ ਵੀ ਜਿਹੜੀਆਂ ਨੇ ਉਹ ਸਾਂਝੀਆਂ ਨਹੀਂ ਕੀਤੀਆਂ ਗਈਆਂ ਨੇ।